ਪਾਣੀ ਮੀਟਰ ਵੱਲ ਉਹਦੀ ਫਸਲ ਸਾਫ ਤੋਂ ਵਾਪਸ ਚੱਲਿਆ ਆਪਣਾ ਘਰ ਦੇ ਦੇਖੋ ਕਿੰਨੀ ਭੀੜ ਹੋਈ ਆ ਦੂਰ ਦੂਰ ਤੱਕ ਭੀੜ ਹੁੰਦੀ ਆ ਬਹੁਤ ਜਨਤਾ ਹੁੰਦੀ ਇੱਕ ਉਹ ਸਾਡੇ ਪਿੰਡ ਦੀ ਅੱਗੇ ਟਰਾਲੀ ਕਰਦੀ ਆ ਉਹ ਦੇਖੋ ਅਤੇ ਹੁਣ ਅੱਗੇ ਦਿਖਾਵਾਂਗੇ ਤੁਹਾਨੂੰ ਟਾਈਮ ਬਹੁਤ ਲੱਗ ਗਿਆ ਟਰੈਕਟਰ ਕੱਢਣ ਨਾਲ ਪਿੱਛੇ ਟਰੈਕਟਰ ਫਸਿਆ ਹੋਇਆ ਸੀ ਟਾਈਮ ਲੱਗ ਗਿਆ ਬਾਹਲਾ ਅਤੇ ਹੁਣ ਅੱਗੇ ਵੀ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਮੈਂ ਕੌਫੀ ਪੀਣੀ ਹੈ ਕਹਿੰਦਾ ਮੈਂ ਚਾਹ ਪੀਣੀ ਨਹੀਂ ਅਤੇ ਕੌਫੀ ਪਿਲਾ ਕੇ ਲਿਆ ਅਤੇ ਹੁਣ ਇਹਨੂੰ ਕੌਫੀ ਪਿਲਾਉਣ ਲਿਆ ਹਾਂ ਅਤੇ ਆ ਇਹਦੇ ਨਾਲ ਦੇ ਨੇ ਅਤੇ ਇੱਕ ਉਹ ਬੈਠਾ ਇਹਦੇ ਨਾਲ ਦਾ ਉੱਧਰ ਆਹ ਇਹ ਦੇਖੋ ਆਹ ਦੇਖੋ ਮਿੱਤਰੋ ਆਮਲੀ ਭੰਗ ਪੀ ਕੇ ਕਹਿੰਦਾ ਮੈਂ ਤਾਂ ਟਰੈਕਟਰ ਦੀ ਸੋਹ 'ਤੇ ਬਹਿਣਾ ਕਹਿੰਦਾ ਸਾਰੇ ਰਾਹ ਐਵੇਂ ਬੈਠਣਾ ਥੱਲੇ ਡਿੱਗ ਗਿਆ ਫਿਰ ਸੱਟ ਲੱਗ ਜੂਗੀ ਓਏ ਮਿੱਤਰੋ ਅਤੇ ਹੁਣ ਰਾਹ 'ਚ ਰੁਕੇ ਸੀਗੇ ਲੰਗਰ ਖਾਣ ਲੱਗੇ ਅੱਜ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਖਾਣ 'ਚ ਅਤੇ ਜਾਮ ਲੱਗ ਰਿਹਾ ਸੀ ਟਰੈਕਟਰ ਬਹੁਤ ਜ਼ਿਆਦਾ ਸੀਗੇ ਅਤੇ ਹੁਣ ਲੰਗਰ ਖਾਇਆ ਟਾਈਮ 5:30 ਦੇ ਉੱਤੋਂ ਹੋ ਗਿਆ ਸੀ ਜਦੋਂ ਉੱਥੇ ਨਿਕਲੇ ਹਾਂ ਅਤੇ ਹੁਣ 7 ਵੱਜ ਗਏ ਨੇ ਅਤੇ ਲੰਗਰ ਖਾ ਲਿਆ ਅਤੇ ਹੁਣ ਚੱਲਣ ਲੱਗੇ ਹਾਂ ਇੱਥੋਂ ਅਤੇ ਹਨੇਰਾ ਪੈ ਗਿਆ ਅੱਜ ਕੀ ਪਹਿਲਾਂ ਵਾਰ ਪਹਿਲੀ ਵਾਰ ਲੇਟ ਹੋਏ ਹਾਂ ਨਹੀਂ ਪਹਿਲਾਂ ਟਾਈਮ ਨਾਲ ਪਹੁੰਚ ਜਾਂਦੇ ਸੀ ਘਰੇ ਅਤੇ ਹੁਣ ਦੇਖਦੇ ਹਾਂ ਕਿੰਨੀ ਕੁ ਦੇਰ ਨੂੰ ਪਹੁੰਚਦੇ ਹਾਂ ਘਰੇ ਜਾ ਕੇ ਉਸ ਤੋਂ ਬਾਅਦ ਹੋਰ ਕੁਛ ਅੱਗੇ ਰਾਹ 'ਚ ਜੋ ਹੋਏਗਾ ਲੰਗਰ ਉਹ ਖਵਾਵਾਂਗੇ ਇਹਨਾਂ ਨੂੰ ਜਾਂਦੇ ਵੀ ਹੁਣ ਲੰਗਰ ਖਾ ਕੇ ਹੀ ਜਾਣਾ ਸਾਰੇ ਰਾਹ 'ਚ ਰੋਕ ਕੇ ਆਹ ਬੈਠੇ ਨੇ ਮੁੰਡੇ ਅਤੇ ਇੱਕ ਆਹ ਲੱਗਾ ਹੋਇਆ ਦੇਖੋ ਜੀ ਇਹ ਵੀ ਯੂਟਿਊਬਰ ਹੈ ਆਪਣਾ ਇੱਕ ਆਹ ਦੇਖੋ ਇੱਕ ਜਿਹੜਾ ਆਹ ਮੁੰਡਾ ਹੈ ਨਾ ਇਹਨੇ ਘੰਟੇ ਪੂਰੇ ਕੀਤੇ ਹੋਏ ਨੇ ਜਦੋਂ ਦਾ ਆਇਆ ਉੱਥੋਂ ਦਾ ਬੈਠਾ ਟਰਾਲੀ 'ਚ ਪੂਰੇ ਘੰਟੇ ਹੋਏ ਪਏ ਆ ਇਹਦੇ ਆਹ ਦੇਖੋ ਕਿਹੜੇ ਬੰਦੇ ਹੋਏ ਆ ਦੇਖੋ ਮੁੰਡੇ ਦੇ ਚਿੱਪ ਕੱਢਦੇ ਕਹਿੰਦਾ ਖਾਣੇ ਦੇ ਦਾ ਹੈਂ ਸਨੈਪਾਂ ਪੈ ਰਹੀਆਂ ਨੇ ਦਿਖਾਓ ਭਾਅ ਜੀ ਕਿਹਨੂੰ ਭੇਜ ਰਹੇ ਹੋ ਉਹ ਤੇਰੇ ਕਿਹਨੂੰ ਆਹ ਵੇਖੋ ਜੀ ਆ ਗਿਆ ਮੁੰਡਾ ਤਕੜੋਲੀ ਦਾ ਚਾਹ ਪਿਆਈਏ ਇਹਨੂੰ ਹੁਣ ਕਿਵੇਂ ਦੀ ਆ ਚਾਹ ਸਵਾਦ ਆ ਗਿਆ ਸਿਰਾ ਫਿਰ ਹੈ ਉਹ ਜੀ ਉਹ ਲਾਲ ਲਾਈਟਾਂ ਵੇਖੋ ਕਿਵੇਂ ਚਮਕ ਰਹੀਆਂ ਨੇ ਉਹ ਮਗਰੋਂ ਲੈ ਆਓ ਇਹਨੂੰ ਭੇਣ ਦੀ ਆ ਵੀ ਦੇ ਖੱਚ ਨੂੰ ਬਦਮਾਨ ਸਾਹਿਬ ਜੀ ਬੈਠੇ ਨੇ ਉੱਤੇ ਆਹ ਦੇਖੋ ਤੇ ਹੁਣ ਚੱਲਦੇ ਆ ਜਿਹੜੇ ਆਹ ਮੁੰਡੇ ਨੇ ਨਾ ਪਤਾ ਨੀ ਕਰੀ ਜਾਂਦੇ ਆ ਇਹਦੇ ਦੇਖੋ ਇਹ ਗੱਦਾਰ ਹੈ ਸਾਲਾ ਇਹਦੀ ਵੀਡੀਓ ਬਣਾਈ ਹੈ ਮੈਂ ਹੁਣ ਸਾਡਾ ਇੱਕ ਬੰਦਾ ਰਹਿ ਗਿਆ ਯਾਰ ਹੋਰ ਤਾਂ ਸਾਰੇ ਬਹਿ ਗਏ ਇਹ ਵੀ ਯੂਟਿਊਬਰ ਹੈ ਯੂਟਿਊਬਰ ਆਪਣਾ ਦੱਸੋ ਚੈਨਲ ਦਾ ਨਾਂ ਆਹ ਵੇਖੋ ਜੀ ਚੈਨਲ ਦਾ ਨਾਂ ਹੀ ਭੁੱਲ ਗਏ ਬੰਦੇ ਦੱਸੋ 2004 ਦੁਰ ਫਿਟੇ ਮੂੰਹ ਤੇ ਭਾਜੀ ਆਪਣਾ ਕੀ ਆਈਡੀ ਏ ਆਪਣੀ ਤੇ ਦੱਸ ਆਪਣੀ ਕੋਈ ਆਈਡੀ ਨਹੀਂ ਕੀ ਕਿਉਂ ਇਹ ਮਾਤਾ ਦਾ ਸੇਰ ਏ ਦੇਖੋ ਵੀ ਇੱਧਰੋਂ ਟਰੈਕਟਰ ਚੱਲ ਪਏ ਨੇ ਹੁਣ ਘਰਾਂ ਨੂੰ ਤੇ ਬਹੁਤ ਭਜਾ ਰਹੇ ਨੇ ਪਰ ਇੰਨਾ ਭਜਾਉਣਾ ਨਹੀਂ ਚਾਹੀਦਾ ਅਸੀਂ ਤਾਂ ਆਰਾਮ ਨਾਲ ਚੱਲਦੇ ਹਾਂ ਇਸੇ ਕਰਕੇ ਆਹ ਦੇਖੋ ਸਾਰੇ ਚੱਲ ਪਏ ਨੇ ਦੇਖੋ ਟਰੈਕਟਰ ਦੇਖੋ ਉਹ ਖਲੋਤਾ ਅੱਗੇ ਸਾਡੇ ਤੇ ਹੁਣ ਇੱਕ ਬੰਦਾ ਰਹਿ ਗਿਆ ਉਹਨੂੰ ਦੇਖਦੇ ਹਾਂ ਪੁੱਛ ਕੇ ਕਿੰਨੇ ਕੁ ਟਾਈਮ ਨੂੰ ਬਹਿ ਗਿਆ ਕਿ ਨਹੀਂ ਹਲੇ ਉਹ ਆ ਗਿਆ ਚੱਲੀਏ ਹੁਣ ਇਹਨੂੰ ਚੜਾਉਣਾ ਪੈਣਾ ਦੁਬਾਰੇ ਫਿਰ ਉਹ ਜੀ ਮਿੱਤਰੋ
ਤੇ ਹੁਣ ਇੱਕ ਬੰਦਾ ਚੜ ਗਿਆ, ਉਹ ਰਹਿ ਗਿਆ ਸੀ, ਉਹ ਵੀ ਚੜਾਤਾ ਏ ਤੇ ਹੁਣ ਦੇਖਦੇ ਆ। ਉਹ ਚਲੋ 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 ਬਹੁਤ ਟਰਾਲੀ ਚ ਲੱਖੇ ਆ ਗਿਆ ਪ੍ਰੇਮਾ, ਚੱਲ ਬਹਿ ਜਾ ਖਲੋ ਜਾ ਥੋੜੀ ਦੇਰ ਹਲੇ ਵੇਖ ਲੈ ਲੋ ਜੀ ਮਿੱਤਰੋ, ਆ ਇੱਧਰ ਲੰਗਰ ਲੱਗਾ ਹੈ, ਟਰੈਕਟਰ ਇੱਧਰ ਟਰੈਕਟਰ ਖਲੋਤਾ ਹੈ ਉਹ ਵੀ, ਤੇ ਉਹ ਵੀ ਚੱਲਣ ਲੱਗੇ ਨੇ ਮਾਰਨ ਲੱਗਾ ਸਲਫ, ਤੇ ਅਸੀਂ ਵੀ ਮਾਰਨ ਲੱਗੇ ਹਾਂ। ਚੱਲੀਏ ਹਾਂ ਚੱਲੀਏ, ਚਲੋ ਵੀ ਮਿੱਤਰੋ ਚਲੋ। ਲਓ ਜੀ ਮਿੱਤਰੋ ਹੁਣ ਇੱਥੋਂ ਚੱਲਣ ਲੱਗੇ ਆ, ਚਲੋ ਜੀ ਮਿੱਤਰ ਲਓ ਜੀ ਮਿੱਤਰੋ, ਇੱਕ ਘੰਟਾ ਹੋ ਗਿਆ ਸਾਨੂੰ ਜਾਮ 'ਚ ਫਸੇ ਨੂੰ, ਹੁਣ ਜਾਮ ਲੱਗ ਗਿਆ, ਰਾਜਪੁਰੇ ਪਹੁੰਚ ਗਏ ਹਾਂ ਅਤੇ ਰਾਜਪੁਰੇ 'ਤੇ ਸਾਨੂੰ ਪਹੁੰਚਣ ਲਈ ਨਾ ਇੱਕ ਘੰਟਾ ਲੱਗ ਗਿਆ, ਹੁਣ ਰਹਿ ਗਿਆ ਥੋੜ੍ਹਾ ਜਿਹਾ ਦੂਰ ਹੋਰ ਅਤੇ ਰਾਜਪੁਰਾ ਪਾਰ ਕਰ ਜਾਵੇ, ਫਿਰ ਸੰਭੂ ਬੈਰੀਅਲ ਆਊਗਾ, ਸੰਭੂ ਬੈਰੀਅਲ 'ਤੇ ਦੇਖਾਂਗੇ ਕੀ ਕਰਨਾ, ਅੰਬਾਲੇ ਜਾਣਾ ਜਾਂ ਇੱਧਰੋਂ ਦੀ ਲੰਘਣਾ। ਲਓ ਜੀ ਮਿੱਤਰੋ ਰਾਜਪੁਰਾ ਪਹੁੰਚ ਗਏ ਹਾਂ, ਡੇਢ ਘੰਟਾ ਲੱਗ ਗਿਆ ਸਾਨੂੰ ਇੱਥੇ ਖੜਿਆਂ ਨੂੰ ਜਾਮ 'ਚ ਫਸੇ ਹੋਏ, ਅਤੇ ਹੁਣ ਨਿਕਲੇ, ਹੁਣ ਚੱਲਿਆ ਘਰ ਨੂੰ, ਬਹੁਤ ਟਾਈਮ ਹੋ ਗਿਆ, ਅਤੇ 10 ਵੱਜ ਗਿਆ ਰਾਤ ਦੇ, ਵੇਖ ਲਓ ਧੁੰਦ ਵੀ ਆ ਚੱਲੀ ਹੈ, ਅਤੇ ਵੇਖਦੇ ਹਾਂ ਕਿੰਨੀ ਕੁ ਦੇਰ ਨੂੰ ਲੱਗਦੇ ਹਾਂ ਅਸੀਂ, ਹਲੇ ਅੰਬਾਲਾ ਆਉਣਾ, ਉਸ ਤੋਂ ਬਾਅਦ ਕਦੇ ਪੁੱਜਾਂਗੇ ਪਿੰਡ ਜਾ ਕੇ, ਨਾਲ ਦੇ ਪਿੰਡ ਦੇ ਸਾਡੇ ਟਰਾਲੀਆਂ ਹੈਗੀਆਂ। ਲਓ ਜੀ ਮਿੱਤਰੋ ਰਾਜਪੁਰਾ ਰੁਕੇ ਜੀ, ਅਤੇ ਹੁਣ ਲੱਗਿਆ ਚਾਹ ਪੀਣ, ਅਤੇ ਆ ਗਈ ਆਪਣੀ ਚਾਹ, ਅਤੇ ਆਹ ਵੱਡੇ ਡਰਾਈਵਰ ਸਾਹਿਬ ਜੀ ਬੈਠੇ ਨੇ, ਦੇਖੋ ਵੱਡੇ ਡਰਾਈਵਰ ਸਾਹਿਬ ਜੀ, ਮਾਤਾ ਦਾ ਸ਼ੇਰ, ਉਹ ਆ ਕੀ ਕਰਨ ਡਿਆ, ਓਏ ਖਲੋ ਜਾ ਖਲੋ ਜਾ, ਉਹ ਬਣ ਗਈ ਹੈ ਵੀਡੀਓ, ਉਹ ਦੇਖੀ ਦੇਖੀ, ਉਹ ਭੈਣ ਦੀ ਆ ਵੀ ਕਰਤਾ ਹੀ ਕੰਮ ਹੋਈ, ਜਿਹੜਾ ਆਹ ਮੁੰਡਾ ਹੈ ਨਾ ਇਹਨੇ ਚਾਹ ਦੇ ਵੱਟ ਕੱਢੇ ਹੋਏ ਨੇ, ਮਿੰਟ ਮਿੰਟ ਪਿੱਛੋਂ ਚਾਹ, ਤੇ ਆਹ ਦੇਖੋ ਵੇਸਟਿੰਗ ਵੀ ਬੜੀ ਕਰਦਾ ਹੈ, ਤੇ ਆਹ ਵੇਖੋ ਇੱਧਰ ਕੀ ਚੱਲ ਰਿਹਾ ਦੋਵਾਂ ਦਾ, ਕਿਵੇਂ ਦੀ ਬਣੀ ਹੈ ਚਾਹ ਵਧੀਆ, ਤੇ ਆਹ ਦੇਖੋ ਉਹ ਕੀ ਕਰਨ ਲੱਗੇ, ਉਹ ਖਲੋ ਜਾ ਖੜ ਜਾ ਖੜ ਜਾ, ਇਹਨਾਂ ਬੜਾ ਗੰਦ ਪਾਇਆ। ਸਾਡੇ ਪਿੰਡ ਦੇ ਟਰਾਲੀ ਇੱਕ
ਦੇਖੇ ਦੇਖੇ ਭਰਾ ਇੱਧਰ ਇੱਧਰ ਲਾ ਲੈ, ਵੱਡੀਆਂ ਗੱਡੀਆਂ ਦੇ ਪਿੱਛੇ ਲਾ ਲੈ। ਓ ਯਾਰ ਲਓ ਜੀ, ਟੋਲ ਟੈਕਸ ਤੇ ਪਹੁੰਚ ਗਿਆ ਸੰਭੂ ਬੈਰੀਅਲ, ਤੇ ਹੁਣ ਅੰਬਾਲੇ ਜਾਵਾਂਗੇ, ਦੇਖਦੇ ਹਾਂ। ਆ ਗੱਡੀ ਦੇ ਨੇੜੇ ਲਾ ਦਿੰਦੇ ਲਾਗੀ ਹੈ ਲੈਣ ਲੰਬੀ, ਦੇਖਦੇ ਆ ਸਾਡੇ ਕੋਲ ਪਰਚੀ ਪੈਸੇ ਮੰਗਦਾ ਜਾਂ ਨਹੀਂ, ਟੋਲ ਕਟਾਉਂਦੇ ਜਾਂ ਨਹੀਂ। ਉਹ ਤੋਂ ਬਾਅਦ ਮੇਰੇ ਫੋਨ ਦੀ ਵੀ ਬੈਟਰੀ ਡੈਡ ਏ। ਸੌਰੀ ਮਿੱਤਰ, ਹੁਣ ਸਾਡੀ ਵਾਰੀ, ਚੱਕ ਲੈ ਤਾਂ ਉਹਨੂੰ, ਰੁਕ ਦੇਖੀ ਓਏ ਦੇਖੀ। ਲਓ ਜੀ ਮਿੱਤਰ, ਹੁਣ ਇੱਥੋਂ ਨਿਕਲ ਗਏ ਹਾਂ, ਅਤੇ ਇਹ ਇੱਕ ਮੁੰਡਾ ਧਾਰਨਾ ਗਾ, ਆਹ ਖੜਾ ਇੱਕ ਸਵਰਾਜ 700 855। ਮਿੱਤਰ ਲਾ ਲੈ ਸਾਈਡ 'ਤੇ, ਹਾਂ ਇੱਧਰੋਂ ਦੀ ਲੰਘ ਜਾਂਗੇ ਅਲਾਬਾਦ ਵੱਲੋਂ, ਜਿਹੜਾ ਅਲਾਬਾਦ ਘੇਰੇ ਨੂੰ ਤੁਰ ਗਿਆ ਨਾ ਰੋਡ, ਉਹਦੇ ਇੱਥੋਂ ਦੀ ਲੰਘ ਜਾਂਗੇ ਅੰਬਾਲੇ, ਕੀ ਕਰਾਂਗੇ ਅਸੀਂ ਜਾ ਕੇ। ਅਤੇ ਅੱਗੇ ਇੱਕ ਮੁੰਡੇ ਨੂੰ ਲਾਵਾਂਗੇ, ਰਾਜੀ ਬੈਠਾ, ਕਹਿੰਦਾ ਮੈਨੂੰ ਇੱਥੇ ਲਾ ਦਿਓ